ਕਰਦੀ ਆ ਬੰਦੇ ਨੂੰ, ਜੇ ਅਸੀਂ ਆ ਗਏ ਨਾ ਆਪਦੀ ਔਕਾਤ ਤੇ, ਤੂੰ ਜੋ ਕਰਨਾ ਕਰ, ਕੋਈ ਚੱਕਰ ਨੂੰ ਕਹਿੰਦੀ ਆ ਨਾ ਜਨਾਨੀ, ਤੂੰ ਸਾਰੀ ਆਂਟੀ ਆ, ਆਂਟੀ ਲੱਗਦੀ ਆ। ਸੈਲੀਬ੍ਰਿਟੀਜ਼ ਦੇ ਵਿੱਚ ਅਨਬਨ ਹੋਣਾ ਤਾਂ ਬੜੀ ਹੀ ਆਮ ਜਿਹੀ ਗੱਲ ਹੋ ਗਈ ਹੈ, ਤੇ ਇਹ ਸੈਲੀਬ੍ਰਿਟੀਜ਼ ਵੀ ਇੱਕ ਦੂਜੇ ਲਈ ਅੱਗ ਉਗਲਣ ਦਾ ਕੋਈ ਮੌਕਾ ਨਹੀਂ ਛੱਡਦੇ, ਤੇ ਸ਼ਰੇਆਮ ਫੈਨਸ ਅੱਗੇ ਇੱਕ ਦੂਜੇ ਨੂੰ ਨੀਚਾ ਦਿਖਾਉਂਦੇ ਹੀ ਰਹਿੰਦੇ ਨੇ। ਥੋੜਾ ਟਾਈਮ ਪਹਿਲਾਂ ਸਿੱਧੂ ਮੂਸੇਵਾਲੇ ਤੇ ਬਿਗ ਬਰਡ ਦੀਆਂ ਅਨਬਨ ਦੀਆਂ ਖਬਰਾਂ ਵੀ ਕਾਫੀ ਸੁਣਨ ਨੂੰ ਮਿਲ ਰਹੀਆਂ ਸੀ। ਹਾਲਾਂਕਿ ਬਿਗ ਬਰਡ ਸਿੱਧੂ ਮੂਸੇਵਾਲੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਉਹਨਾਂ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਸੋ ਹਾਈ ਫੋਰਗੇਟ ਅਬਾਊਟ ਇਟ ਬੀ ਡਾਊਨ ਸੇਮ ਬੇਬ ਵਰਗੇ ਕਾਫੀ ਹਿੱਟ ਗਾਣੇ ਪਾਏ ਨੇ, ਪਰ ਕੁਝ ਸਮੇਂ ਪਹਿਲਾਂ ਇਹਨਾਂ ਦੀਆਂ ਅਣਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ, ਤੇ ਕੁਝ ਮਹੀਨੇ ਤੋਂ ਦੋਵੇਂ ਨਾ ਹੀ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਏ ਤੇ ਨਾ ਹੀ ਸੋਸ਼ਲ ਮੀਡੀਆ ਤੇ। ਪਰ ਬਿਗ ਬਰਡ ਸੋਸ਼ਲ ਮੀਡੀਆ ਰਾਹੀਂ ਆਪਣੇ ਅਣਬਣ ਦੀਆਂ ਖਬਰਾਂ ਨੂੰ ਝੂਠਾ ਸਾਬਿਤ ਕਰਦੇ ਹੋਏ ਨਜ਼ਰ ਆ ਰਹੇ ਨੇ। ਬਿਗ ਬਰਡ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਿੱਧੂ ਮੂਸੇਵਾਲੇ ਦੇ ਨਾਲ ਕੁਝ ਵੀਡੀਓਜ਼ ਨੂੰ ਸਾਂਝਾ ਕੀਤਾ ਹੈ, ਜਿੱਥੇ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਸਿੱਧੂ ਫਾਰਮ ਤੇ ਪਾਰਟੀ ਕਰਦੇ ਹੋਏ ਤੇ ਟਰੈਕਟਰ ਤੇ ਰਾਤ ਨੂੰ ਗੇੜੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਬਿਗ ਬਰਡ ਇਸ ਗੱਲ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਹਾਂਜੀ, ਕਿਵੇਂ ਹੋ ਸਾਰੇ? ਲੋਕਾਂ ਦੇ ਭੁਲੇਖੇ ਸੀਗੇ, ਦੂਰ ਕਰਦੇ ਹਾਂ ਅੱਜ, ਨਿਕਲੇ ਜਾਂ ਰਹਿ ਗਏ? ਬਾਕੀ ਹੈਗੇ ਅਸੀਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਿੱਧੂ ਮੂਸੇਵਾਲੇ ਤੇ ਬਿਗ ਬਰਡ ਦੇ ਫੈਨਸ ਨੂੰ ਖੁਸ਼ੀ ਤਾਂ ਬਹੁਤ ਹੋਈ ਹੋਵੇਗੀ ਤੇ ਨਾਲ ਹੀ ਸਭ ਦਾ ਭੁਲੇਖਾ ਵੀ ਦੂਰ ਹੋ ਗਿਆ ਹੋਵੇਗਾ। ਉਮੀਦ ਕਰਦੇ ਹਾਂ ਸਿੱਧੂ ਮੂਸੇਵਾਲੇ ਤੇ ਬਿਗ ਬਰਡ ਛੇਤੀ ਹੀ ਆਪਣੇ ਫੈਨਸ ਦੇ ਲਈ ਕੁਝ ਨਵਾਂ ਲੈ ਕੇ ਆਉਣਗੇ।